ਦੇਖੋ ਮੈਨੂੰ ਜਾਖੜ ਸਾਹਿਬ ਦੀ ਗੱਲ ਸੁਣ ਕੇ ਬੜੀ ਹੈਰਾਨੀ ਹੁੰਦੀ ਹੈ ਔਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਾਖੜ ਸਾਹਿਬ ਇਸ ਤਰੀਕੇ ਪਾਪ ਨਹੀਂ ਧੋਤੇ ਜਾ ਸਕਦੇ ਤੁਸੀਂ ਉਸ ਪਾਰਟੀ ਨੂੰ ਰਿਪ੍ਰਜੈਂਟ ਕਰਦੇ ਹੋ ਜਿਹਦੇ ਉੱਤੇ ਐਲੀਗੇਸ਼ਨ ਹੈ ਕਿ ਲਾਕਡਾਊਨ ਦੇ ਦੌਰਾਨ ਲੋਕਾਂ ਨੂੰ ਰਾਸ਼ਨ ਦੇਣ ਦੀ ਬਜਾਏ ਜਿਸ ਪਾਰਟੀ ਨੇ ਬਲੈਕ ਦੇ ਵਿੱਚ ਘਰੋਂ ਘਰੀ ਸ਼ਰਾਬ ਪਟਾਈ ਤੁਸੀਂ ਉਸ ਪਾਰਟੀ ਨੂੰ ਰਿਪ੍ਰਜੈਂਟ ਕਰਦੇ ਹੋ ਜਿਸ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਨੇ ਸਾਰੇ ਲਾਕਡਾਊਨ ਦੇ ਵਿੱਚ ਇੱਕੋ ਹੀ ਗੱਲ ਦੇ ਉੱਤੇ ਜ਼ੋਰ ਰੱਖਿਆ ਕਿ ਕਿਸੇ ਤਰੀਕੇ ਸ਼ਰਾਬ ਦੇ ਠੇਕੇ ਖੋਲ੍ਹੇ ਜਾਣ ਤੁਸੀਂ ਉਸ ਪਾਰਟੀ ਨੂੰ ਰਿਪ੍ਰਜੈਂਟ ਕਰਦੇ ਹੋ ਜਿਹਦੇ ਅਫਸਰਾਂ ਨੇ ਇਹ ਹੁਕਮ ਜਾਰੀ ਕੀਤੇ ਸੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹੋਮ ਡਿਲੀਵਰੀ ਦੀ ਜਿਹੜੀ ਹੈ ਉਹ ਅਨਾਊਂਸਮੈਂਟ ਧਾਰਮਿਕ ਸਥਾਨਾਂ ਦੇ ਉੱਤੋਂ ਕੀਤੀ ਜਾਵੇ ਤੁਸੀਂ ਉਸ ਪਾਰਟੀ ਦੇ ਪ੍ਰਧਾਨ ਹੋ ਜਿਸ ਪਾਰਟੀ ਨੇ ਅਧਿਆਪਕਾਂ ਦੀਆਂ ਡਿਊਟੀਆਂ ਜਿਹੜੀਆਂ ਉਹ ਵੀ ਸ਼ਰਾਬ ਦੀਆਂ ਫੈਕਟਰੀਆਂ ਦੇ ਵਿੱਚ ਲਾ ਦਿੱਤੀਆਂ 5600 ਕਰੋੜ ਦਾ ਸਕੈਂਡਲ ਹੋਇਆ ਤੁਹਾਨੂੰ ਜਵਾਬ ਮੰਗਣਾ ਚਾਹੀਦਾ ਸੀ ਮੁੱਖ ਮੰਤਰੀ ਸਾਹਿਬ ਤੋਂ ਕਿ ਜਾਂ ਤਾਂ CBI ਦੀ ਇਨਕੁਆਇਰੀ ਕਰਾਓ ਜਾਂ ਸੁਪਰੀਮ ਕੋਰਟ ਦੀ ਜਾਂਚ ਕਰਾਓ ਕਿਉਂਕਿ ਇਹ ਤੁਹਾਡੀ ਪਾਰਟੀ ਦੀ ਵੀ ਬਦਨਾਮੀ ਹੋਈ ਔਰ ਤੁਸੀਂ ਪਰਦੇ ਪਾਉਣ ਵਾਸਤੇ ਇਹ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਕਿ ਅਸੀਂ ਇਹ ਬੰਦ ਕਰ ਦਿੰਦੇ ਹਾਂ ਅਸੀਂ ਇਹ ਕਰ ਦਿੰਦੇ ਤੁਸੀਂ ਚੋਰੀ ਬੰਦ ਕਰ ਦਿਓ ਪਹਿਲਾਂ ਉਸ ਤੋਂ ਬਾਅਦ ਵੀ ਤੁਹਾਡੇ ਨਾਲ ਅਗਲੀ ਗੱਲ ਕਰਾਂਗੇ